ਸੰਗਤ ਜੀ, ਸਾਡੀ ਟੀਮ ਆ ਜਿਹੜੀ ਲਗਾਤਾਰ ਸੰਗਤ ਨੂੰ ਸੁਚੇਤ ਕਰਦੀ ਰਹੀ ਹੈ ਕਿ ਜੋ ਹੋ ਰਿਹਾ ਉਹ ਸਿਰਫ ਔਰ ਸਿਰਫ ਇੱਕ ਰਾਜਨੀਤਿਕ ਡਰਾਮਾ ਹੈ, ਹੋਰ ਕੁਝ ਨਹੀਂ ਹੈ। ਨਾ ਤਾਂ ਗੁਰੂ ਪਿਤਾ ਜੀ ਖੁਦ ਕਦੇ ਸਰ ਤੇ ਆਉਣਗੇ, ਤੇ ਨਾ ਹੀ ਉਹਨਾਂ ਦੀ ਕੋਈ ਵੀਡੀਓ ਆਊਗੀ, ਤੇ ਨਾ ਹੀ ਕਦੇ ਆਡੀਓ ਆਵੇਗੀ। ਤੇ ਇਹ ਅੱਜ ਸਾਰਾ ਕੁਝ ਸੱਚ ਹੋਇਆ, ਸਾਰੀ ਦੁਨੀਆ ਨੇ ਦੇਖਿਆ। ਇਤਿਹਾਸ ਗਵਾਹ ਹੈ ਕਿ ਸੰਤ ਕਦੇ ਵੀ ਕਿਸੇ ਰਾਜੇ ਜਾਂ ਸਰਕਾਰਾਂ ਦੇ ਗੁਲਾਮ ਨਹੀਂ ਹੁੰਦੇ, ਉਹ ਤਾਂ ਖੰਡਾ ਮਰਹਮੰਡਾਂ ਦੇ ਬਾਦਸ਼ਾਹ ਹੁੰਦੇ ਆ। ਅੱਜ ਤੱਕ ਸੰਤਾਂ ਨੂੰ ਸਜ਼ਾ ਤਾਂ ਸੁਣਾਈ ਗਈ ਹੈ, ਸੰਤਾਂ ਨੇ ਸਜ਼ਾ ਸਹਿਣ ਕਰ ਲਈ, ਕਸ਼ਟ ਸਹਿਣ ਕਰ ਲਏ, ਪਰ ਕਦੇ ਵੀ ਅੱਜ ਤੱਕ ਕੋਈ ਵੀ ਗੁਰੂ ਪੀਰ ਅਵਤਾਰ ਸੰਤ ਇਸ ਧਰਤੀ ਤੇ ਆਇਆ ਪਰ ਉਹ ਝੁਕਿਆ ਨਹੀਂ, ਉਹਨੇ ਗੁਲਾਮੀ ਮਨਜ਼ੂਰ ਨਹੀਂ ਕੀਤੀ। ਤੇ ਸਾਨੂੰ ਵੀ ਆਪਣੇ ਗੁਰੂ ਪਿਤਾ ਜੀ ਤੇ ਮਾਣ ਹੈ ਕਿ ਜਿਹੜੇ ਸਰਕਾਰਾਂ ਤੇ ਗੁਰੂ ਦੇ ਗਦਾਰਾਂ ਨੇ ਮਿਲ ਕੇ ਇਹ ਖੇਡ ਖੇਡਿਆ ਸੀ ਕਿ ਕਿਸੇ ਪਾਰਟੀ ਨੂੰ ਵੋਟ ਪਵਾਉਣ ਵਾਸਤੇ ਗੁਰੂ ਪਿਤਾ ਜੀ ਤੋਂ ਅਪੀਲ ਕਰਵਾਈ ਜਾਵੇ, ਕੋਈ ਆਡੀਓ ਜਾਰੀ ਕਰਵਾਈ ਜਾਵੇ, ਕੋਈ ਵੀਡੀਓ ਜਾਰੀ ਕਰਵਾਈ ਜਾਵੇ। ਤਾਂ ਇਹ ਡਰਾਮਾ ਅੱਜ ਜਿਹੜਾ ਰਚਿਆ ਗਿਆ ਸੀ ਉਹ ਸਾਰਾ ਖਤਮ ਹੋ ਗਿਆ, ਕਿਉਂਕਿ ਸਾਡੇ ਗੁਰੂ ਪਿਤਾ ਜੀ ਫਿਰ ਕੁੱਲ ਮਾਲਕ ਹੈ, ਉਹ ਵੀ ਪਾਰ ਬ੍ਰਹਮ ਪਰਮੇਸ਼ਵਰ ਹੈ। ਉਹ ਕਿਸੇ ਰਾਜੇ ਦੇ ਅੱਗੇ ਜਾਂ ਕਿਸੇ ਮੈਨੇਜਮੈਂਟ ਦੇ ਅੱਗੇ ਝੁਕਣਗੇ ਨਹੀਂ। ਇਹ ਸਾਰੀ ਦੁਨੀਆ ਨੇ ਦੇਖ ਲਿਆ, ਉਹਨਾਂ ਦੀ ਇੱਕ ਵੀ ਆਡੀਓ ਤੇ ਵੀਡੀਓ ਜਾਰੀ ਨਹੀਂ ਹੋਈ ਵੋਟਾਂ ਦੇ ਦੌਰਾਨ। ਬਹੁਤ ਸਾਰੇ ਲੋਕਾਂ ਨੇ ਮੇਰੇ ਨਾਲ ਸ਼ਰਤਾਂ ਲਾਈਆਂ, ਕਹਿੰਦੇ ਭੈਣ ਜੀ ਤੁਸੀਂ ਕਮਾਲ ਕਰਦੇ ਆ, ਕਹਿੰਦੇ ਦੇਖੋ ਤੁਹਾਡੇ ਬਾਬੇ ਦੀ ਕਹਿੰਦੇ ਆਡੀਓ ਆਊਗੀ 10 ਫਰਵਰੀ ਤੋਂ, ਬਠਿੰਡਾ ਦੀ ਆਪਣੀ ਜੋ ਪੰਜਾਬ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ 20 ਫਰਵਰੀ ਤੋਂ ਪਹਿਲਾਂ ਪਹਿਲਾਂ ਤੁਹਾਡੇ ਬਾਬਾ ਜੀ ਦੀ ਆਡੀਓ ਆਊਗੀ, ਵੀਡੀਓ, ਜਿਹਦੇ ਵਿੱਚ ਉਹ ਕਿਸੇ ਪਾਰਟੀ ਨੂੰ ਬੋਲ ਰਹੇ ਹੋਣਗੇ ਵੋਟ ਪਾਉਣ ਵਾਸਤੇ। ਮੈਂ ਉਹਨਾਂ ਨੂੰ ਸਿਰ ਸਿਰ ਦੀ ਸ਼ਰਤ ਲਾਈ ਸੀ, ਮੈਂ ਕਿਹਾ ਕੋਈ ਮਰਜ਼ੀ ਮੇਰੇ ਨਾਲ ਸਿਰ ਸਿਰ ਦੀ ਸ਼ਰਤ ਲਾ ਲਏ, ਸਾਨੂੰ ਵੀ ਆਪਣੇ ਗੁਰੂ ਪਿਤਾ ਜੀ ਤੇ ਮਾਣ ਹੈ, ਅਸੀਂ ਗੁਰੂ ਪਿਤਾ ਜੀ ਦੇ ਸ਼ਿਸ਼ ਹੈ, ਤੇ ਸਾਨੂੰ ਆਪਣੇ ਗੁਰੂ ਪਿਤਾ ਜੀ ਦਾ ਪਤਾ ਹੈ ਕਿ ਉਹਨਾਂ ਦਾ ਅੰਦਾਜ਼ ਪਤਾ ਹੈ, ਸੰਤਾਂ ਦਾ ਅੰਦਾਜ਼ ਪਤਾ ਹੈ। ਉਹ ਕੁੱਲ ਮਾਲਕ ਹੈ, ਉਹ ਕਿਸੇ ਦੇ ਅੱਗੇ ਝੁਕਣਗੇ ਨਹੀਂ, ਚਾਹੇ ਜਿੰਨਾ ਮਰਜ਼ੀ ਕੋਈ ਮਰਜ਼ੀ ਪਾਰਟੀ ਜ਼ੋਰ ਲਾ ਲਏ, ਸਾਡੇ ਗੁਰੂ ਪਿਤਾ ਜੀ ਕਦੇ ਵੀ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਕੋਈ ਆਡੀਓ ਵੀਡੀਓ ਨਹੀਂ ਕੱਢਣਗੇ। ਕਈਆਂ ਨੇ ਇਹ ਵੀ ਕਿਹਾ ਚਲੋ ਠੀਕ ਆ, ਉਹ ਕਿਸੇ ਰਾਜਨੀਤਿਕ ਪਾਰਟੀ ਦਾ ਨਾਮ ਨਹੀਂ ਲੈਣਗੇ, ਪਰ ਉਹ ਜ਼ਰੂਰ ਇੱਕ ਆਡੀਓ ਵੀਡੀਓ ਇਹੋ ਜਿਹੀ ਕੱਢਣਗੇ ਜਿਹਦੇ ਵਿੱਚ ਉਹ ਇਹ ਕਹਿਣਗੇ ਕਿ ਜਿਵੇਂ ਰਾਜਨੀਤਿਕ ਵਿੰਗ ਤੁਹਾਨੂੰ ਕਹੂਗਾ ਤੁਸੀਂ ਉਵੇਂ ਕਰਿਓ। ਮੈਂ ਇਸ ਚੀਜ਼ ਤੇ ਵੀ ਸ਼ਰਤਾਂ ਲਾਈਆਂ, ਮੈਂ ਕਿਹਾ ਮੇਰੀ ਸਿਰ ਸਿਰ ਦੀ ਸ਼ਰਤ ਹੈ ਅਗਰ ਇਹੋ ਜਿਹੀ ਵੀ ਕੋਈ ਆਡੀਓ ਵੀਡੀਓ ਆ ਜੇ, ਕਿਉਂਕਿ ਅਸੀਂ ਗੁਰੂ ਪਿਤਾ ਜੀ ਨੂੰ ਬਹੁਤ ਨੇੜਿਓਂ ਦੇਖਿਆ, ਜੋ ਰਾਜਨੀਤਿਕ ਵਿੰਗ ਉਸ ਦੇ ਹੁਕਮ ਦੇ ਵਿੱਚ ਬਣਿਆ ਹੀ ਨਹੀਂ, ਜੋ ਰਾਜਨੀਤਿਕ ਵਿੰਗ ਗੁਰੂ ਪਿਤਾ ਜੀ ਦੀਆਂ ਵਚਨਾਂ ਦੀਆਂ ਸ਼ਰੇ ਆਮ ਧੱਜੀਆਂ ਉਡਾਉਂਦਾ, ਉਹ ਕਦੇ ਵੀ ਸੰਗਤ ਨੂੰ ਨਹੀਂ ਕਹਿਣਗੇ ਕਿ ਤੁਸੀਂ ਰਾਜਨੀਤਿਕ ਵਿੰਗ ਦੇ ਕਹਿਣ ਤੇ ਵੋਟ ਪਾਇਓ। ਪਹਿਲਾਂ ਗੱਲਾਂ ਹੋਰ ਸੀ, ਉਦੋਂ ਕਹਾਣੀਆਂ ਹੋਰ ਸੀ, ਉਹ ਜੋ ਕੁਝ ਹੋਇਆ, ਪਰ 2017 ਤੋਂ ਬਾਅਦ, 25 ਅਗਸਤ 2017 ਤੋਂ ਬਾਅਦ ਜਿਵੇਂ ਹਾਲਾਤ ਬਦਲੇ, ਤੇ 17 ਅਗਸਤ 2017 ਦੀ ਮੀਟਿੰਗ ਦੇ ਵਿੱਚ ਜਦੋਂ 2-4 ਬਾਈਆਂ ਨੇ ਖੜੇ ਹੋ ਕੇ ਕਿਹਾ ਕਿ ਪਿਤਾ ਜੀ ਅਸੀਂ ਸਟੇਟ ਸਰਕਾਰ ਦੀ ਵੀ ਹੈਲਪ ਕੀਤੀ, ਇਹ ਬਣਾਈ, ਔਰ ਸੈਂਟਰ ਸਰਕਾਰ ਦੀ ਵੀ ਅਸੀਂ ਬਹੁਤ ਮਦਦ ਕੀਤੀ, ਉਹ ਬਣਾਈ, ਪਰ ਪਿਤਾ ਜੀ ਅੱਜ ਸਾਰੀ ਬਦਲ ਗਈ। ਤਾਂ ਉਦੋਂ ਗੁਰੂ ਪਿਤਾ ਜੀ ਨੇ ਹੌਂਕਾ ਲੈ ਕੇ ਇਹ ਕਿਹਾ ਸੀ, ਬੇਟਾ ਸਾਰੇ ਹੀ ਬਦਲ ਗਏ, ਸਾਰੇ ਹੀ ਬਦਲ ਗਏ ਦਾ ਮਤਲਬ ਸਾਰੇ ਹੀ ਬਦਲ ਗਏ, ਵਿੱਚੇ ਮੈਨੇਜਮੈਂਟ ਤੇ ਵਿੱਚੇ ਸਾਰੇ ਉਹ ਵੀ ਆਉਂਦੇ ਆ ਜਿਹੜੇ ਸਰਕਾਰਾਂ ਨਾਲ ਮਿਲੇ ਹੋਏ ਸੀ। ਤੇ ਗੁਰੂ ਪਿਤਾ ਜੀ ਦੇ ਅੱਖ ਦੇ ਵਿੱਚ ਇੱਕ ਹੰਝੂ ਵੀ ਆਇਆ ਸੀ, ਤੇ ਗੁਰੂ ਪਿਤਾ ਜੀ ਨੇ ਕਿਹਾ ਸੀ ਕਿ ਹੁਣ ਅਸੀਂ ਕਦੇ ਨਹੀਂ ਬੋਲਾਂਗੇ, ਹੁਣ ਸਾਡੇ ਬੱਚੇ ਦੱਸਣਗੇ ਕਿ ਅਸੀਂ ਕੀ ਚਾਹੁੰਦੇ ਹਾਂ। ਗੁਰੂ ਪਿਤਾ ਜੀ ਜੋ ਆਪਣੀ ਸੰਗਤ ਨੂੰ ਗੱਲ ਕਹਿ ਗਏ ਉਹ ਕਦੇ ਵੀ ਉਸ ਤੋਂ ਮੁਕਰੀ ਨਹੀਂ ਖਾਂਦੇ। ਸੰਤ ਆ ਜਿਹੜੇ ਇੱਕ ਸੰਤ ਹੀ ਹੁੰਦੇ ਆ ਦੁਨੀਆਂ ਦੇ ਵਿੱਚ, ਜੋ ਇੱਕ ਸੱਚ ਦਾ ਮਾਰਗ ਦੁਨੀਆਂ ਨੂੰ ਦਿਖਾਉਂਦੇ ਆ। ਪਹਿਲਾਂ ਉਹ ਖੁਦ ਸੱਚ ਤੇ ਖੜੇ ਹੁੰਦੇ ਆ, ਤੇ ਫਿਰ ਹੀ ਉਹ ਮਾਰਗ ਦਰਸ਼ਨ ਕਰਦੇ ਆ ਦੁਨੀਆਂ ਦਾ ਸੱਚ ਤੇ ਚੱਲਣ ਦਾ। ਜੇ ਸੰਤ ਹੀ ਝੂਠੇ ਹੋ ਗਏ, ਜੇ ਸੰਤ ਨੇ ਆਪਦੇ ਵਚਨ ਪਲਟ ਤੇ, ਤਾਂ ਫਿਰ ਦੁਨੀਆਂ ਦੇ ਉੱਤੇ ਜਿਹੜੀ ਆ ਬਹੁਤ ਜਲਦੀ ਤਬਾਹੀ ਖੜੀ ਹੋ ਜੂਗੀ ਦੁਨੀਆਂ ਦੇ ਵਿੱਚੋਂ। ਭਗਵਾਨ ਤੇ ਜਿਹੜਾ ਵਿਸ਼ਵਾਸ ਹੈ ਲੋਕਾਂ ਦਾ, ਸੰਤਾਂ ਤੇ ਵਿਸ਼ਵਾਸ ਹੈ, ਉਹ ਹੀ ਉੱਠ ਜੂਗਾ। ਇਹ ਇਤਿਹਾਸ ਗਵਾਹ ਹੈ ਇਹਨਾਂ ਗੱਲਾਂ ਦਾ, ਤੇ ਸਾਨੂੰ ਮਾਣ ਆ ਆਪਣੇ ਗੁਰੂ ਪਿਤਾ ਜੀ ਤੇ, ਤੇ ਉਹ ਕਿਸੇ ਦੇ ਅੱਗੇ ਝੁਕੇ ਨਹੀਂ ਹੈ, ਕਿਸੇ ਦੇ ਦਬਾਅ ਚ ਨਹੀਂ ਆਏ। ਪਿਤਾ ਜੀ ਕਹਿੰਦੇ ਹੁੰਦੇ ਸੀ, ਮਰ ਗਏ ਡਰਾਉਣ ਵਾਲੇ ਤੇ ਮਰਨ ਗਏ ਡਰਨ ਵਾਲੇ, ਇਹ ਹਜ਼ੂਰ ਪਿਤਾ ਜੀ ਦੇ ਸਟੇਜ ਤੋਂ ਵਚਨ ਹੈ। ਕਹਿੰਦੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਜਿਸ ਦੀਵੇ ਨੂੰ ਕੋਈ ਮਾਲਕ ਜਗਾ ਦੇਵੇ ਤੇ ਉਹਦੀ ਲੋ ਨੂੰ ਵੀ ਕੀ ਐ ਕਰ ਸਕੇ। ਕਹਿੰਦੇ ਡਰਨ ਡਰਾਉਣ ਵਾਲੀਆਂ ਗੱਲਾਂ ਗਈਆਂ, ਇਹ ਗੁਰੂ ਪਿਤਾ ਜੀ ਸਟੇਜ ਤੋਂ ਕਹਿੰਦੇ ਹੁੰਦੇ ਸੀ। ਸਾਡੇ ਉਹੀ ਗੁਰੂ ਪਿਤਾ ਜੀ ਹੈ, ਲੋਗਨ ਰਾਮ ਖਿਲਾਉਣਾ ਜਾਣੋ। ਲੋਕਾਂ ਨੇ ਗੁਰੂ ਨੂੰ ਖਿਲਾਉਣਾ ਸਮਝ ਰੱਖਿਆ ਸੀ ਕਿ ਜਦੋਂ ਦਿਲ ਕੀਤਾ ਬਾਹਰ ਲਿਆਓ ਤੇ ਜਦੋਂ ਡਰਾਮਾ ਕਰੋ ਤੇ ਫਿਰ ਦਿਲ ਕੀਤਾ ਵਾਪਸ ਭੇਜ ਦਿਓ। ਬਹੁਤ ਸਾਰੀਆਂ ਇਹੋ ਜਿਹੀਆਂ ਜਾਣਕਾਰੀਆਂ ਸਾਡੇ ਕੋਲੇ ਲਗਾਤਾਰ ਸਾਨੂੰ ਮਿਲ ਰਹੀਆਂ ਸੀ, ਜਿਹੜੀਆਂ ਇਹ ਸਾਨੂੰ ਕਹਿ ਰਹੀਆਂ ਸੀ ਕਿ ਤੁਹਾਡੇ ਗੁਰੂ ਪਿਤਾ ਜੀ ਗੁਰੂ ਗ੍ਰਾਮ ਦੇ ਵਿੱਚ ਨਹੀਂ ਹੈ,
ਉਸ ਨਾਰੀਆ ਜੇਲ੍ਹ 'ਚ ਹੈ, ਪਰ ਅਸੀਂ ਉਸ ਟਾਈਮ ਇੰਨਾ ਜ਼ਿਆਦਾ ਨਹੀਂ ਸੀ ਬੋਲ ਸਕਦੇ ਬਾਹਰ। ਉਹੀ ਜਿਵੇਂ ਮੋਹਿਤ ਬੇਟੇ ਨੇ ਗੱਲ ਕੀਤੀ ਕਿ ਜੇ ਅਸੀਂ ਕੋਈ ਗੱਲ ਬੋਲਤੀ ਤਾਂ ਫਿਰ ਸਾਡੇ 'ਤੇ ਇਲਜ਼ਾਮ ਆਵੇਗਾ ਕਿ ਇਹਨਾਂ ਨੇ ਪੈਰੋਲ ਰੱਦ ਕਰਵਾਤੀ। ਕਈ ਜਾਣਕਾਰੀਆਂ ਇਹੋ ਜਿਹੀਆਂ ਵੀ ਆਈਆਂ ਜਿਵੇਂ ਮੋਹਿਤ ਬੇਟੇ ਨੇ ਕਿਹਾ ਕਿ ਸਿਰਫ ਉਹ 2 ਦਿਨ ਹੀ ਰਹੇ, ਬਾਕੀ ਦਾ ਜਿਹੜਾ ਉਹਨਾਂ ਤੇ ਦਬਾਅ ਬਣਾਇਆ ਗਿਆ ਲਗਾਤਾਰ ਗੁਰੂ ਪਿਤਾ ਜੀ ਤੇ ਦਬਾਅ ਬਣਾਇਆ ਗਿਆ, ਇਸੇ ਚੀਜ਼ ਵਾਸਤੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ, ਪਰ ਉਹ ਕਿਸੇ ਦਬਾਅ ਦੇ ਵਿੱਚ ਨਹੀਂ ਆਏ। ਉਹਨਾਂ ਨੇ ਆਪਣੀ ਆਣ ਬਾਣ ਤੇ ਸ਼ਾਨ ਕਾਇਮ ਰੱਖੀ ਤੇ ਉਹ ਆਪਣੇ ਬੱਚਿਆਂ ਨੂੰ ਵੀ ਇੱਕ ਸੰਦੇਸ਼ ਦੇ ਗਈ ਕਿ ਗੁਰੂ ਦੇ ਬੱਚੇ ਬੱਬਰ ਸ਼ੇਰ ਬਣ ਕੇ ਰਹੋ, ਆਪਣੀ ਆਣ ਬਾਣ ਤੇ ਸ਼ਾਨ ਹੈ ਜੋ ਉਹ ਕਾਇਮ ਰੱਖਿਓ, ਆਪਣੀ ਅਣਖ ਕਾਇਮ ਰੱਖਿਓ, ਆਪਣੀ ਗੈਰਤ ਕਾਇਮ ਰੱਖਿਓ। ਪਿਆਰੀ ਸਾਹ ਸੰਗਤ ਜੀ, ਜਿਹੜਾ ਇਹ ਸ਼ਾਹੀ ਪਰਿਵਾਰ ਦੀ ਚੁੱਪ ਹੈ ਨਾ, ਇਹ ਸਾਰੀ ਸੰਗਤ ਦੇ ਕੰਡੇ ਦੀ ਤਰ੍ਹਾਂ ਹੁਣ ਚੁੱਭ ਰਹੀ ਹੈ, ਕਿਉਂਕਿ ਇਸ ਰਾਜਨੀਤਿਕ ਡਰਾਮੇ ਦੇ ਵਿੱਚ ਰਾਜਨੀਤਿਕ ਪਾਰਟੀਆਂ ਇਹਨਾਂ ਜਿਹੜੇ ਲੀਡਰ ਸੀ ਉਹ ਤਾਂ ਸ਼ਾਮਿਲ ਹੈ ਹੀ ਹੈ। ਉਹਨਾਂ ਨੂੰ ਤਾਂ ਵੋਟਾਂ ਚਾਹੀਦੀਆਂ ਸੀ, ਉਹਨਾਂ ਨੂੰ ਗੱਦੀ ਚਾਹੀਦੀ ਹੈ, ਉਹਨਾਂ ਨੂੰ ਪੰਜਾਬ ਦੀ ਸਰਕਾਰ ਚਾਹੀਦੀ ਹੈ, ਪਰ ਉਹਦੇ ਨਾਲ ਨਾਲ ਐਡਮ ਬਲੋਕ ਵੀ ਰਲਿਆ ਹੋਇਆ ਸੀ, ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਹੁਣ ਸ਼ਾਹੀ ਪਰਿਵਾਰ ਵੀ ਇਹਨਾਂ ਪਾਪੀਆਂ ਦੇ ਨਾਲ ਖੜਾ ਹੋ ਗਿਆ, ਜਾ ਕੇ ਗੁਰੂ ਦੇ ਗਦਾਰਾਂ ਦੇ ਨਾਲ ਜਾ ਕੇ ਖੜਾ ਹੋ ਗਿਆ ਅੱਜ ਸ਼ਾਹੀ ਪਰਿਵਾਰ। ਸਾਧ ਸੰਗਤ ਦੀ ਕੋਈ ਪਰਵਾਹ ਨਹੀਂ ਕਿ ਸਾਧ ਸੰਗਤ ਤੜਫ ਰਹੀ ਹੈ, ਸਾਧ ਸੰਗਤ ਆਪਣੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਤੜਫ ਤੜਫ ਕੇ ਕਿਵੇਂ ਵਿਰਾਗ ਉਹਨਾਂ ਦੇ ਅੰਦਰ ਆ ਰਿਹਾ। ਸੰਗਤ ਦਾ ਕੋਈ ਵਿਰਾਗ, ਸਾਧ ਸੰਗਤ ਦੀ ਕੋਈ ਤੜਫ ਸ਼ਾਹੀ ਪਰਿਵਾਰ ਨੂੰ ਦਿਖ ਨਹੀਂ ਰਹੀ। ਅਗਰ ਗੁਰੂ ਪਿਤਾ ਜੀ ਸੱਚ ਦੇ ਵਿੱਚ ਬਾਹਰ ਆਏ ਸੀ, ਜਦੋਂ ਲੀਗਲੀ ਆਏ ਸੀ, ਕਾਨੂੰਨੀ ਆਏ ਸੀ, ਤਾਂ ਫਿਰ ਕਿਉਂ ਨੀ ਪਰਿਵਾਰ ਨੇ ਇੱਕ ਵੀਡੀਓ ਜਾਰੀ ਕੀਤੀ, ਕਿਉਂ ਨੀ ਦਿਖਾਇਆ ਕਿ ਆਹ ਦੇਖੋ ਸੱਚ ਕਹੂੰ ਝੂਠੀਆਂ ਖਬਰਾਂ ਲਾਉਂਦਾ ਰਿਹਾ ਕਿ ਗੁਰੂ ਪਿਤਾ ਜੀ ਜਿਹੜੇ ਹੈ ਉਹ ਸ਼ਾਹੀ ਪਰਿਵਾਰ ਦੇ ਨਾਲ ਹੈ ਤੇ ਸਵਸਥ ਹੈ, ਤੇ ਫਿਰ ਉਹਦਾ ਇੱਕ ਸੱਚ ਕਹੂੰ ਨੇ ਵੀਡੀਓ ਕਿਉਂ ਨੀ ਜਾਰੀ ਕੀਤਾ, ਕਿਉਂ ਨੀ ਜਾਰੀ ਕੀਤਾ? ਸਵੇਰ ਤੋਂ ਲੈ ਕੇ ਸਵੇਰੇ ਸਾਡੇ ਗੁਰੂ ਪਿਤਾ ਜੀ ਕੀ ਕਰਦੇ ਸੀ, ਦੁਪਹਿਰ ਦੇ ਟਾਈਮ ਸਾਡੇ ਗੁਰੂ ਪਿਤਾ ਜੀ ਕੀ ਕਰਦੇ ਸੀ, ਸ਼ਾਮ ਦੇ ਟਾਈਮ ਸਾਡੇ ਗੁਰੂ ਪਿਤਾ ਜੀ ਕੀ ਕਰਦੇ ਸੀ, ਰਾਤ ਦੇ ਟਾਈਮ ਸਾਡੇ ਗੁਰੂ ਪਿਤਾ ਜੀ ਕੀ ਕਰਦੇ ਸੀ? ਸੱਚ ਕਹੂੰ ਨੇ ਪੂਰੇ ਦਿਨ ਦੀ ਜਿਹੜੀ ਦਿਨ ਚਰਿਆ ਸੀ, ਪੂਰੇ ਦਿਨ ਦਾ ਜੋ ਉਹਨਾਂ ਦਾ ਸ਼ਡਿਊਲ ਸੀ, ਕਿਉਂ ਨੀ ਸਾਧ ਸੰਗਤ ਨੂੰ ਦਿਖਾਇਆ ਲਗਾਤਾਰ? ਕੁਛ ਤਾਂ ਤੁਸੀਂ ਸਾਧ ਸੰਗਤ ਨੂੰ ਦਿਖਾਉਂਦੇ ਜੋ ਸੱਚ ਦੇ ਵਿੱਚ ਬਾਹਰ ਆਏ ਸੀ, ਤਾਂ ਤੁਸੀਂ ਡਰਾਮੇ ਕਰਦੇ ਆ। ਅੱਜ ਜਿਹੜੀ ਇੱਕ ਨਵੀਂ ਪ੍ਰਵਕਤਾ ਬਣੀ, ਜਿਹੜੀ ਨਵੀਂ ਪ੍ਰਵਕਤਾ ਬਣੀ ਹੈ, ਉਹ ਨਾਟਕ ਕਰ ਰਹੀ ਸੀ ਅੱਜ ਉੱਥੇ ਨਾਟਕ ਕਰ ਰਹੀ ਸੀ। ਨਾਟਕ ਹੀ ਕਹੂੰਗੀ ਮੈਂ ਉਹਨੂੰ, ਜੋ ਜਾਣ ਬੁੱਝ ਕੇ ਸਾਧ ਸੰਗਤ ਦੀ ਜਿਹੜੀ ਭਾਵਨਾ ਨੂੰ ਭੜਕਾ ਰਹੀ ਸੀ, ਸਾਧ ਸੰਗਤ ਨੂੰ ਇਮੋਸ਼ਨਲ ਕਰ ਰਹੀ ਸੀ, ਉਹ ਲੋਕਾਂ ਨੂੰ ਦਿਖਾ ਰਹੀ ਸੀ, ਸਰਕਾਰਾਂ ਨੂੰ ਦਿਖਾ ਰਹੀ ਸੀ, ਇਹ ਸਾਰੀ ਸਾਧ ਸੰਗਤ ਸਾਡੀ ਗੁਲਾਮ ਹੈ ਮੈਨੇਜਮੈਂਟ ਦੀ। ਅੱਜ ਸ਼ਰੇਆਮ ਜੋ ਪ੍ਰਵਕਤਾ ਨੇ ਗੱਲਾਂ ਕੀਤੀਆਂ, ਜੋ ਉਸ ਬੁਲਾਰੀ ਨੇ ਗੱਲਾਂ ਕੀਤੀਆਂ, ਉਹ ਤੋਂ ਪੂਰਾ ਅੰਦਾਜ਼ਾ ਲੱਗਦਾ ਸੀ ਕਿ ਉਹ ਸਰਕਾਰਾਂ ਨੂੰ ਦਿਖਾ ਰਹੀ ਸੀ ਕਿ ਦੇਖੋ ਜਿਹੜੀ ਆਹ ਸਾਡੇ ਸਾਹਮਣੇ ਸੰਗਤ ਬੈਠੀ ਹੈ ਨਾ, ਇਹ ਮੈਨੇਜਮੈਂਟ ਦੀ ਗੁਲਾਮ ਆ, ਉਹਦੀ ਵਰਡਿੰਗ ਤੋਂ ਲੱਗਦਾ ਸੀ, ਕਿਉਂਕਿ ਉਹ ਪੂਰੀ ਤਰ੍ਹਾਂ ਇਹੀ ਗੱਲ ਬਾਰ ਬਾਰ ਕਹਿ ਰਹੀ ਸੀ ਕਿ ਸੰਗਤ ਨੇ ਨਾ ਬੜਾ ਅਨੁਸ਼ਾਸਨ ਰੱਖਿਆ। ਮੈਨੇਜਮੈਂਟ ਦੀ ਜਿਹੜੀ ਕਹਿੰਦੀ ਹਦਾਇਤਾਂ ਜਾਰੀ ਕੀਤੀਆਂ ਸੀ ਮੈਨੇਜਮੈਂਟ ਨੇ, ਮੈਨੇਜਮੈਂਟ ਦੀ ਹਦਾਇਤਾਂ ਨੂੰ ਪੂਰਨ ਰੂਪ ਵਿੱਚ ਮੰਨਦੇ ਹੋਏ ਗੁਰੂਗ੍ਰਾਮ ਨਾ ਜਾ ਕੇ ਅਨੁਸ਼ਾਸਨ ਤੇ ਆਪਣੀ ਗੁਰਮੁਖਤਾ ਦਾ ਬਹੁਤ ਬਹੁਤ ਕਹਿੰਦੀ ਵੱਡੀ ਇੱਕ ਉਦਾਹਰਨ ਪੇਸ਼ ਕੀਤੀ। ਕਮਾਲ ਹੈ, ਕਿਹੜਾ ਅਨੁਸ਼ਾਸਨ ਤੇ ਕਿਹੜੀ ਗੁਰਮੁਖਤਾ, ਇਹ ਤਾਂ ਤੁਸੀਂ ਆਪਦੀ ਗੁਲਾਮੀ ਦਿਖਾ ਰਹੇ ਹੈ। ਤੁਸੀਂ ਕਹਿਤਾ ਵੀ ਉੱਥੇ ਨਹੀਂ ਜਾਣਾ ਕਿਸੇ ਨੇ, ਉਹ ਨਹੀਂ ਗਏ। ਤੁਸੀਂ ਕਹਿਤਾ ਵੀ ਹੁਣ ਆਪਦੇ ਘਰਾਂ ਚ ਦੀਵੇ ਜਗਾ ਲਓ, ਉਹਨਾਂ ਨੇ ਦੀਵੇ ਜਗਾਤਾ। ਤੁਸੀਂ ਕਹਿਤਾ ਬਲਾਕਾਂ ਦੇ ਵਿੱਚ ਬਲਾਕ ਦੀ ਨਾਮ ਚਰਚਾ ਰੱਖ ਕੇ ਭੰਗੜੇ ਪਾ ਲਓ, ਉਹਨਾਂ ਨੇ ਭੰਗੜੇ ਪਾ ਲਏ। ਤੁਸੀਂ ਕਹਿਤਾ ਬਲਾਕਾਂ ਦੀ ਨਾਮ ਚਰਚਾ ਰੱਖ ਕੇ ਜਾਗੋ ਕਰ ਲਓ, ਜਾਗੋ ਕਰ ਲਈ। ਤੇ ਤੁਸੀਂ ਅੱਜ ਕਹਿਤਾ ਨਾਟਕ ਕਰ ਕਰਕੇ ਕਿ ਸਾਨੂੰ ਤਾਂ ਬੜਾ ਵਿਰਾਗ ਹੈ, ਸਾਨੂੰ ਉਮੀਦ ਸੀ ਵੀ ਦਰਸ਼ਨ ਦੇ ਕੇ ਜਾਣਗੇ, ਉਹ ਦਰਸ਼ਨ ਨਹੀਂ ਦਿੱਤੇ। ਤੇ ਤੁਸੀਂ ਉੱਥੇ ਖੜੇ ਹੋ ਕੇ ਰੋਣ ਦਾ ਨਾਟਕ ਕਰਦੇ ਆ ਤੇ ਸੰਗਤ ਤੋਂ ਤੁਹਾਡੇ ਮਗਰ ਰੋ ਰਹੀ ਹੈ। ਇਹ ਤਾਂ ਅੱਜ ਕਲੀਅਰ ਕੱਟ ਹੀ ਕਰਤਾ ਸਾਰੇ, ਮਤਲਬ ਕਿ ਜਿਹੜੇ ਭੁਲੇਖੇ ਸੀ ਦੁਨੀਆਂ ਦੇ ਉਹ ਵੀ ਦੂਰ ਕਰਤੇ ਕਿ ਸੰਗਤ ਪੂਰੀ ਤਰ੍ਹਾਂ ਸੰਗਤ ਮੈਨੇਜਮੈਂਟ ਦੀ ਗੁਲਾਮ ਹੈ। ਇਹ ਕਲੀਅਰ ਕੱਟ ਅੱਜ ਹੋ ਗਿਆ। ਜੇ ਸੰਗਤ ਗੁਰੂ ਦੀ ਗੁਲਾਮ ਹੁੰਦੀ ਨਾ, ਅਨੁਸ਼ਾਸਨ ਵੀ ਰੱਖਦੀ ਤੇ ਗੁਰਮੁਖਤਾ ਵੀ ਰੱਖਦੀ। ਹੁਣ ਉਹਨੇ ਕੋਈ ਅਨੁਸ਼ਾਸਨ ਨਹੀਂ ਰੱਖਿਆ ਤੇ ਕੋਈ ਗੁਰਮੁਖਤਾ ਨਹੀਂ ਰੱਖੀ, ਸਿਰਫ ਤੇ ਸਿਰਫ ਮੈਨੇਜਮੈਂਟ ਦਾ ਹੁਕਮ ਮੰਨਿਆ, ਉਹਦੀ ਗੁਲਾਮੀ ਕੀਤੀ ਹੈ, ਦਾਸੀ ਬਣੀ ਆ ਹੁਣ ਤਾਂ ਸੰਗਤ। ਜੇ ਸੰਗਤ ਦੇ ਵਿੱਚ ਗੁਰਮੁਖਤਾ ਹੁੰਦੀ ਨਾ, ਬਲਾਕ ਵਾਈਜ ਗੁਰੂਗ੍ਰਾਮ ਦੇ ਵਿੱਚ ਲਾਈਨਾਂ ਲੱਗੀਆਂ ਹੁੰਦੀਆਂ, ਗੁਰੂਗ੍ਰਾਮ ਦੇ ਨਾਮ ਚਰਚਾ ਘਰ ਦੇ ਸਾਹਮਣੇ
ਲੱਖਾਂ ਲੋਕਾਂ ਦੀ ਭੀੜ ਹੁੰਦੀ ਤੇ ਇੱਕ ਇੱਕ ਕਰਕੇ ਉੱਥੇ ਲੰਘਦੇ ਹੁੰਦੇ ਤੇ ਲੋਕ ਸਾਰੀ ਦੁਨੀਆਂ ਦੇ ਵਿੱਚ ਗੱਲਾਂ ਕਰਦੇ ਆ। ਦੇਖੋ ਸੱਚੇ ਸੌਦੇ ਦੇ ਪ੍ਰੇਮੀਆਂ ਦੀ ਦਾ ਅਨੁਸ਼ਾਸਨ ਤੇ ਇਹਨਾਂ ਦੀ ਗੁਰਮੁਖਤਾ, ਪੂਰੀ ਦੁਨੀਆਂ ਗੱਲਾਂ ਕਰਦੀ ਉਸ ਅਨੁਸ਼ਾਸਨ ਦੀ ਤੇ ਗੁਰਮੁਖਤਾ ਦੀ। ਹੁਣ ਕਿਹੜਾ ਅਨੁਸ਼ਾਸਨ ਤੇ ਕਿਹੜੀ ਗੁਰਮੁਖਤਾ? ਜਾਗੋ ਕੱਢ ਕੱਢ ਸੜਕਾਂ ਤੇ ਨੱਚਣਾ, ਬਲਾਕ ਦੀ ਨਾਮ ਚਰਚਾ ਕਹਿ ਕੇ ਤੁਸੀਂ ਨਾਮ ਚਰਚਾ ਰੱਖੀ ਤੇ ਉਸ ਤੋਂ ਬਾਅਦ ਉੱਥੇ ਡੀਜੇ ਲਾ ਲਾ ਕੇ ਤੇ ਹੋਰ ਸ਼ਬਦ ਭਜਨ ਲਾ ਲਾ ਕੇ ਸੰਗਤ ਨਚਾਉਣਾ, ਇਹ ਕਿਹੜਾ ਅਨੁਸ਼ਾਸਨ ਤੇ ਕਿਹੜੀ ਗੁਰਮੁਖਤਾ? ਤੁਸੀਂ ਤਾਂ ਜੋ ਨਾਮ ਚਰਚਾ ਦਾ ਫਲ ਲੈਂਦੀ ਸੀ ਸੰਗਤ, ਉਹ ਵੀ ਖਰਾਬ ਕਰਤਾ, ਉਹ ਵੀ ਕਾਲ ਦੇ ਹੱਥ ਚੜਾਤਾ। ਨਾਮ ਚਰਚਾ ਕਾਲ ਦੇ ਅਨੁਸਾਰ ਹੋਣ ਲੱਗ ਗਈ, ਗੁਰੂ ਦੇ ਅਨੁਸਾਰ ਤਾਂ ਗੁਰਮੁਖਤਾ ਤਾਂ ਨਾਮ ਚਰਚਾ ਚ ਵੀ ਨਹੀਂ ਰਹਿ ਗਈ। ਜਦੋਂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਸੀ ਤਾਂ ਅੰਮ੍ਰਿਤਸਰ ਸਾਹਿਬ ਤੋਂ ਪੈਦਲ ਜੱਥੇ ਤੁਰਦੇ ਸੀ, ਪੈਦਲ, ਫਿਰ ਪੂਰੇ ਪੰਜਾਬ ਤੋਂ ਉਸ ਤੋਂ ਬਾਅਦ ਸਭ ਤੋਂ ਪਹਿਲਾ ਜੱਥਾ ਅੰਮ੍ਰਿਤਸਰ ਸਾਹਿਬ ਤੋਂ ਚੱਲਿਆ, ਪੈਦਲ ਜੱਥੇ ਤੁਰਦੇ ਸੀ ਹਰ ਰੋਜ਼ ਤੇ ਗਵਾਲੀਅਰ ਦੇ ਕਿਲੇ ਨੂੰ ਮੱਥਾ ਟੇਕ ਕੇ ਸਜਦਾ ਕਰਕੇ ਫਿਰ ਵਾਪਸ ਆਉਂਦੇ ਸੀ। ਤੇ ਹੌਲੀ ਹੌਲੀ ਸਿੱਖਾਂ ਨੇ ਗਵਾਲੀਅਰ ਦੇ ਕਿਲੇ ਨੂੰ ਘੇਰਾ ਪਾ ਲਿਆ ਸੀ, ਉੱਥੇ ਹੀ ਤੰਬੂ ਗੱਡ ਕੇ ਉੱਥੇ ਹੀ ਰਹਿਣ ਲੱਗ ਗਏ ਸੀ। ਜਦੋਂ ਜਹਾਂਗੀਰ ਬਾਦਸ਼ਾਹ ਨੂੰ ਪਤਾ ਲੱਗ ਗਿਆ ਕਿ ਸਾਰੇ ਸਿੱਖ ਇਸ ਕਿਲੇ ਦੇ ਆਲੇ ਦੁਆਲੇ ਆ ਕੇ ਬੈਠ ਗਏ ਆ, ਤਾਂ ਉਹਨਾਂ ਨੂੰ ਫਿਰ ਮਜਬੂਰ ਹੋਣਾ ਪਿਆ ਸੀ ਗੁਰੂ ਸਾਹਿਬ ਨੂੰ ਛੱਡਣ ਲਈ। ਇਹ ਹੁੰਦੀ ਆ ਗੁਰਮੁਖਤਾ, ਆਪਣੀ ਤਲੀ ਤੇ ਜਾਨ ਧਰਦੇ ਆ ਗੁਰੂ ਦੇ ਪ੍ਰੇਮੀ, ਘਰਾਂ ਚ ਬੈਠ ਕੇ ਦੀਵੇ ਜਗਾਉਣਾ, ਬਲਾਕਾਂ ਦੀ ਨਾਮ ਚਰਚਾ ਤੇ ਡੀਜੇ ਲਗਾ ਕੇ ਜਾਗੋ ਕੱਢਣਾ ਤੇ ਨੱਚਣਾ, ਇਹ ਗੁਰਮੁਖਤਾ ਹੈ? ਕਿਹੜੀ ਗੁਰਮੁਖਤਾ ਦੀ ਗੱਲ ਕਰ ਰਹੀ ਅੱਜ ਦੀ ਜਿਹੜੀ ਬੁਲਾਰੀ ਬਣਾਈ ਹੈ ਇਹਨਾਂ ਨੇ? ਅਨੁਸ਼ਾਸਨ, ਅਨੁਸ਼ਾਸਨ ਦਿਖਾਉਣਾ ਸੀ ਤਾਂ ਇੱਕ ਇੱਕ ਸੰਗਤ, ਇੱਕ ਇੱਕ ਪ੍ਰੇਮੀ ਅਨੁਸ਼ਾਸਨ ਦਿਖਾਉਂਦੇ ਤੁਸੀਂ ਉੱਥੇ, ਡਿਸਿਪਲਿਨ ਕਾਇਮ ਕਰਕੇ ਦਿਖਾਉਂਦੇ ਪੂਰੀ ਦੁਨੀਆਂ ਨੂੰ। ਇੱਕ ਵੀ ਪ੍ਰੇਮੀ, 6 ਕਰੋੜ ਸੰਗਤ 21 ਦਿਨਾਂ ਦੇ ਵਿੱਚ ਤੁਸੀਂ ਗੁਰੂ ਗ੍ਰਾਮ ਦੇ ਵਿੱਚ ਇੱਕ ਇੱਕ ਕਰਕੇ ਉੱਥੇ ਨਾਮ ਚਰਚਾ ਕਰਦੇ ਅੱਗੇ ਸਜਦਾ ਕਰਵਾਉਂਦੇ ਨਾ। ਸੰਗਤ ਇੰਨੀ ਕਮਲੀ ਨਹੀਂ ਹੈ ਕਿ ਸੰਗਤ ਉੱਥੇ ਧੱਕਾ ਮੁੱਕੀ ਕਰਦੀ ਜਾਂ ਉੱਥੇ ਕੋਈ ਹੋਰ ਇਨਡਿਸਿਪਲਿਨ ਜਿਹੜਾ ਸੀਗਾ ਅਨੁਸ਼ਾਸਨਹੀਨਤਾ ਕਰਦੀ। ਤੁਸੀਂ ਕਹਿੰਦੇ ਤਾਂ ਸਹੀ ਸੰਗਤ ਨੂੰ ਵੀ ਤੁਹਾਡੇ ਗੁਰੂ ਪਿਤਾ ਜੀ ਆਏ ਆ ਭਾਈ, ਚਲੋ ਆਪਾਂ ਸਜਦਾ ਕਰੀਏ। ਸਾਰਿਆਂ ਨੇ ਬਲਾਕ ਵਾਈ, ਤੁਸੀਂ ਇੱਕ ਪੰਜਾਬ ਦਾ ਬਲਾਕ ਹੁੰਦਾ, ਇੱਕ ਹਰਿਆਣੇ ਦਾ ਹੁੰਦਾ, ਇੱਕ ਰਾਜਸਥਾਨ ਦਾ ਹੁੰਦਾ, ਇੱਕ ਦਿੱਲੀ ਦਾ ਹੁੰਦਾ, ਇੱਕ ਯੂਪੀ ਦਾ ਹੁੰਦਾ, 5 ਬਲਾਕ ਚਲੋ ਹਰ ਰੋਜ਼ ਸਜਦਾ ਕਰਦੇ ਆਉਣਗੇ, ਕੱਲ ਨੂੰ ਆਹ ਸਜਦਾ ਕਰਨਗੇ, ਫਿਰ ਪਰਸੋਂ ਆਹ ਸਜਦਾ। ਜੇਲ੍ਹ ਦੇ ਕੋਲੇ ਸੰਗਤ ਨੂੰ ਨਹੀਂ ਜਾਇਆ ਜਾਣ ਦਿੰਦਾ ਤੇ ਗੁਰੂ ਗ੍ਰੰਥ ਸਾਡਾ ਨਾਮ ਚਰਚਾ ਘਰ ਆ, ਕੀ ਸੰਗਤ ਉੱਥੇ ਸਜਦਾ ਨਹੀਂ ਕਰ ਸਕਦੀ ਸੀ? ਤੇ ਅੱਜ ਡਰਾਮੇ ਕਰ ਰਹੀ ਹੈ, ਅੱਜ ਡਰਾਮੇ ਕਰ ਰਹੀ ਹੈ ਕਿ ਸਾਡੀ ਸਾਰਿਆਂ ਦੀ ਇੱਛਾ ਹੈ ਕਿ ਉਸ ਨਗਰੀ ਦੇ ਅਸੀਂ ਦਰਸ਼ਨ ਕਰੀਏ, ਜਿਸ ਨਗਰੀ ਦੇ ਵਿੱਚ 27 ਸਾਲ ਸਾਡੇ ਗੁਰੂ ਪਿਤਾ ਜੀ ਰਹਿ ਗਏ, ਉਹ ਨਗਰੀ ਤੁਹਾਨੂੰ ਹੁਣ ਚੰਗੀ ਨਹੀਂ ਲੱਗਦੀ? ਕਿ ਸਿਰਫ ਜਿੱਥੇ ਹੁਣ 21 ਦਿਨ ਦਾ ਸਿਰਫ, ਅਸੀਂ ਤਾਂ ਕਹਿੰਦੇ ਕਿ ਉੱਥੇ 21 ਦਿਨ ਰਹੇ ਹੀ ਨਹੀਂ ਗੁਰੂ ਪਿਤਾ ਜੀ, ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਲੱਗ ਜੂ ਪਤਾ। 47 ਤੋਂ ਲੈ ਕੇ ਜਿਸ ਨਗਰੀ ਦੇ ਵਿੱਚ ਗੁਰੂ ਪਿਤਾ ਜੀ ਬੈਠੇ ਰਹੇ ਤੇ ਇਹ ਵਚਨ ਕਰਦੇ ਰਹੇ ਕਿ ਜਿਹੜਾ ਆਹ ਆਲਾ ਦੁਆਲਾ ਜਿੰਨੀਆਂ ਕਲੋਨੀਆਂ ਹੈ ਤੇ ਇਹ ਸਾਰੀਆਂ ਪਰਮ ਪਿਤਾ ਜੀ ਨੇ ਸੱਚਖੰਡ ਦਾ ਨਮੂਨਾ ਬਣਾਇਆ ਹੋਇਆ ਤੇ ਤੁਸੀਂ ਇੱਥੇ ਸੇਵਾਦਾਰ ਦੇ ਰੂਪ ਵਿੱਚ ਜਿਹੜੇ ਇੱਥੇ ਰਹਿੰਦੇ ਤੇ ਇੱਥੇ ਗਦਰ ਮਚਾ ਰੱਖਿਆ। ਤੁਸੀਂ ਪਹਿਲਾਂ ਆਪਦੀਆਂ ਜਿਹੜੀਆਂ ਡੇਰੇ ਦੇ ਆਲੇ ਦੁਆਲੇ ਜਿੱਥੇ ਸਨ 47 ਤੋਂ ਰਹਿ ਰਹੇ ਸੀ ਗੁਰੂ ਪਿਤਾ ਜੀ, ਉਹਨਾਂ ਕਲੋਨੀਆਂ ਨੂੰ ਤਾਂ ਪਹਿਲਾਂ ਮਹਾਂ ਸਫਾਈ ਅਭਿਆਨ ਕਰ ਲਓ, 3 ਵਚਨ ਜਿਹਦੇ ਇੱਥੇ ਸ਼ਰੇਆਮ ਧੱਜੀਆਂ ਉੱਠਦੀਆਂ ਤੇ ਜਿਹੜੀਆਂ ਗੰਦੀਆਂ ਹੋਈਆਂ ਪਈਆਂ, ਇਸੇ ਕਰਕੇ ਗੁਰੂ ਪਿਤਾ ਜੀ ਛੱਡ ਕੇ ਸਰਸਾ ਗਏ ਹੈ। ਪਹਿਲਾਂ ਤੁਸੀਂ ਆਪਦਾ ਘਰ ਤਾਂ ਸਾਫ਼ ਕਰ ਲਓ। ਉਹ ਪਿਤਾ ਜੀ ਕਹਿੰਦੇ ਹੁੰਦੇ ਸੀ ਨਾ, ਘਰ ਕਾ ਹੁਜਰਾ ਸਾਫ਼ ਕਰ ਜਾਣਾ ਕੇ ਆਣੇ ਕੇ ਲੀਏ। ਪਹਿਲਾਂ ਤੁਸੀਂ ਸਰਸੇ ਨੂੰ ਤਾਂ, ਜਿਹੜੀਆਂ ਸਰਸੇ ਦੀਆਂ ਆਸੇ ਪਾਸੇ ਵਾਲੀਆਂ ਕਲੋਨੀਆਂ ਹੈ, ਡੇਰੇ ਨੂੰ ਬਖਸ਼ ਦੋ। ਚਲੋ ਕਹਿੰਦੇ ਹੁੰਦੇ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ, ਜਿਹੜੇ 3 ਵਚਨਾਂ ਦੀਆਂ ਧੱਜੀਆਂ ਹੋਣ ਡੇਰੇ ਦੇ ਅੰਦਰ ਉੱਡ ਰਹੀਆਂ, ਤੁਸੀਂ ਉਹਨਾਂ ਨੂੰ ਤਾਂ ਸਫਾਈ ਕਰ ਦਿਓ। ਤੁਸੀਂ ਬਾਹਰ ਗਟਰਾਂ ਦੀ ਸਫਾਈ ਕੀ ਦਿਖਾਵਾ ਕਰਦੀ ਹੈ? ਕੀ ਉਹ ਕਹਿ ਰਹੀ ਹੈ ਕਿ ਹੁਣ ਸੰਗਤ ਕੀ ਗੱਲ ਉਹਦੀ ਗੁਲਾਮ ਹੈ, ਉਹ ਗੁਰੂ ਬਣਨ ਦੀ ਕੋਸ਼ਿਸ਼ ਕਰ ਰਹੀ ਹੈ? ਇਸ ਤਰ੍ਹਾਂ ਤਾਂ ਗੁਰੂ ਪਿਤਾ ਜੀ ਨੇ ਵੀ ਕਦੇ ਡਿਕਟੇਟਰਸ਼ਿਪ ਨਹੀਂ ਕੀਤੀ ਸੀ, ਪਹਿਲਾਂ ਉਹਨੇ ਸਾਰਾ ਸੰਗਤ ਤੋਂ ਰਹਿ ਲੈਂਦੀ। ਪਰਚੀਆਂ ਦੇ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ, ਫਿਰ ਤਾਂ ਅਸੀਂ ਮੰਨਦੇ, ਸਿੱਧਾ ਹੁਕਮ ਛੱਡ ਰਹੀ ਹੈ ਸੰਗਤ ਤੇ। ਸੰਗਤ ਚਾਹੁੰਦੀ ਹੈ, ਇਹੀ ਚੀਜ਼ ਪਹਿਲਾਂ ਜਗਜੀਤ ਬੋਲਦਾ ਹੁੰਦਾ ਸੀ, ਸੰਗਤ ਚਾਹੁੰਦੀ ਹੈ ਪਿਤਾ ਜੀ ਤੁਸੀਂ TV ਲਾ ਲਓ, ਸੰਗਤ ਚਾਹੁੰਦੀ ਹੈ ਪਿਤਾ ਜੀ ਤੁਸੀਂ AC ਲਾ ਲਓ, ਸੰਗਤ ਚਾਹੁੰਦੀ ਹੈ ਪਿਤਾ ਜੀ ਤੁਸੀਂ ਦਾੜੀ ਕਟਵਾ ਲਓ। ਹੁਣ ਅੱਜ ਇਹਨੇ ਖੜੀ ਹੋ ਕੇ ਬੋਲਤਾ ਵੀ ਸਾਡੀ ਸਾਰੀ ਸੰਗਤ ਚਾਹੁੰਦੀ ਹੈ ਇਹ, ਵੀ ਮਤਲਬ ਅਸੀਂ ਉੱਥੇ ਸਜਦਾ ਕਰੀਏ, ਉਸ ਨਗਰੀ ਦੇ ਦਰਸ਼ਨ ਕਰੀਏ,
ਜਾਂ ਉੱਥੇ ਸਫਾਈ ਅਭਿਆਨ ਚਲਾਈ, ਅੱਜ ਤੁਹਾਨੂੰ ਉਸ ਨਗਰੀ ਦੇ ਦਰਸ਼ਨ ਕਰਨੇ ਯਾਦ ਆ ਗਏ ਤੇ ਗੁਰੂ ਪਿਤਾ ਜੀ ਦੇ ਦਰਸ਼ਨ ਕਿਉਂ ਨਾ ਕਰਵਾਏ ਤੁਸੀਂ ਸੰਗਤ ਨੂੰ? ਅੱਜ ਉਹ ਖੜੀ ਹੋ ਕੇ ਇਹ ਕਹਿ ਰਹੀ ਹੈ ਕਿ ਸਾਹ ਸੰਗਤ ਵੱਲੋਂ ਡੇਰਾ ਮੈਨੇਜਮੈਂਟ ਨੂੰ ਅਰਜ ਹੈ, ਅਰਜ ਕਰਦੇ ਹਾਂ ਅਸੀਂ ਕਿ ਉਹ ਪ੍ਰਸ਼ਾਸਨ ਤੋਂ ਆਗਿਆ ਲੈ ਕੇ ਸੰਗਤ ਨੂੰ ਸੇਵਾ ਦਾ ਮੌਕਾ ਪ੍ਰਦਾਨ ਕਰੀਏ। ਵੱਡੀਏ ਸਿਆਣੀਏ, ਤੈਨੂੰ ਮੈਂ ਚੈਲੰਜ ਕਰਦੀ ਹਾਂ, ਜੇ ਤੂੰ ਇੰਨੀ ਸਿਆਣੀ ਹੈ ਨਾ, ਤੂੰ ਸੰਗਤ ਦੀ ਰਹਿਨੁਮਾ ਬਣਨਾ ਚਾਹੁੰਦੀ ਹੈ ਨਾ, ਤਾਂ ਸਾਡੀ ਸੰਗਤ ਦੀ ਅਰਜ ਸੁਣ ਲਾ ਫਿਰ, ਇੱਕ ਆਪਦੀ ਮੈਨੇਜਮੈਂਟ ਨੂੰ ਦੱਸ ਦੇ, ਫਿਰ ਸਾਡੀ ਸਾਰੀ ਸੰਗਤ ਦੀ ਇੱਕੋ ਹੀ ਅਰਜ ਹੈ, ਦੱਸ ਦੇ ਮੈਨੇਜਮੈਂਟ ਨੂੰ, ਉਹ ਪ੍ਰਸ਼ਾਸਨ ਤੋਂ ਆਗਿਆ ਲਵੇ ਤੇ ਸਾਡੇ ਗੁਰੂ ਪਿਤਾ ਜੀ ਤੇ ਜੋ ਲੱਗੇ ਹੋਏ ਦੋਸ਼ ਹੈ, ਝੂਠੇ ਦੋਸ਼ ਹੈ, ਉਹਨਾਂ ਨੂੰ ਉਹ ਸਾਬਤ ਕਰੇ ਕਿ ਝੂਠੇ ਹੈ। ਸਾਡੇ ਗੁਰੂ ਪਿਤਾ ਜਿਹੜੇ ਸਾਨੂੰ 4.5 ਸਾਲ ਤੋਂ ਸਾਡਾ ਵਿਛੋੜਾ ਪਾ ਰੱਖਿਆ, ਪੂਰੀ ਦੁਨੀਆਂ ਨੂੰ ਅੱਜ ਉਹਦੀ ਜ਼ਰੂਰਤ, ਆਪਦੀ ਮੈਨੇਜਮੈਂਟ ਨੂੰ ਕਹਿ ਕਿ ਹਾਈ ਕੋਰਟ ਦੇ ਵਿੱਚ ਫਾਸਟ ਟਰੈਕ ਦੇ ਵਿੱਚ ਉਹਨਾਂ ਦੇ ਕੇਸ ਚਲਵਾਵੇ, ਪ੍ਰਸ਼ਾਸਨ ਨੂੰ ਕਵੇ ਤੇਰੀ ਮੈਨੇਜਮੈਂਟ। ਜੇ ਤੇਰੀ ਮੈਨੇਜਮੈਂਟ ਦੀ ਪ੍ਰਸ਼ਾਸਨ ਦੇ ਵਿੱਚ ਇੰਨੀ ਜ਼ਿਆਦਾ ਚੱਲਦੀ ਹੈ ਨਾ, ਸਾਡੀ ਸੰਗਤ ਦੀ ਅਰਜ ਹੈ ਤੈਨੂੰ ਅੱਜ ਸਾਰੀ ਸੰਗਤ ਦੀ ਕਿ ਤੂੰ ਆਪਦੀ ਮੈਨੇਜਮੈਂਟ ਨੂੰ ਕਹਿ ਤੇ ਉਹ ਅੱਗੇ ਆਪਦੀ ਪ੍ਰਸ਼ਾਸਨ ਨੂੰ ਕਵੇ ਕਿ ਸਾਨੂੰ ਸਾਡੇ ਗੁਰੂ ਪਿਤਾ ਜੀ ਦੇ ਦਰਸ਼ਨ ਕਰਵਾਏ ਜਾਣ, ਸ਼ਾਹੀ ਸਟੇਜ ਤੇ ਆਪਣੀ ਆਣ ਬਾਣ ਤੇ ਸ਼ਾਨ ਦੇ ਨਾਲ ਸਾਡੇ ਸਤਿਗੁਰ ਉਵੇਂ ਬਿਰਾਜਮਾਨ ਹੋਣ। ਇਹ 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 ਕਿਹੜੀਆਂ ਗੱਲਾਂ ਤੂੰ ਕਰਦੀ ਆ ਅੱਜ? ਅੱਜ ਤੂੰ ਨਾਟਕ ਖੇਡ ਰਹੀ ਹੈ। ਸਾਨੂੰ ਨੀ ਪਤਾ ਇੱਥੇ ਬਠਿੰਡੇ ਦੇ ਵਿੱਚ, ਮਤਲਬ ਅਸੀਂ ਜ਼ਿਆਦਾ ਕੁਛ ਕਹਿਣਾ ਨੀ ਚਾਹੁੰਦੇ, ਬਹੁਤ ਕੁਛ ਮੋਹਿਤ ਨੇ ਕਹਿਤਾ। ਆਪਦੀਆਂ ਆਪਦੇ ਪਰਦੇ ਜੇ ਰੱਖਣੇ ਆ ਤਾਂ ਰੱਖ ਲਓ, ਤੇ ਸੰਗਤ ਵੱਲੋਂ ਖੜੇ ਹੋਣ ਦੀ ਕੋਈ ਜ਼ਰੂਰਤ ਨਹੀਂ ਇਹੋ ਜਿਹੇ ਝੂਠੇ ਲੋਕਾਂ ਨੂੰ। ਸੰਗਤ ਤੁਸੀਂ ਹੁਣੇ ਕੌਣ ਹੈ? ਸੰਗਤ ਦੀ ਅਰਜ ਕਹਿਣ ਵਾਲੇ, ਸੰਗਤ ਦੀ ਅਰਜ ਤਾਂ ਇੱਕੋ ਹੀ ਹੈ। ਕਿਉਂ ਸੰਗਤ ਦੀ ਅਰਜ ਸਿਰਫ ਇੱਕ ਰਹੇਗੀ ਗਟਰ ਸਾਫ ਕਰਨ ਦੀ? ਕਿਉਂ ਸੰਗਤ ਕਿਸੇ ਦੀ ਗੁਲਾਮ ਹੈ, ਸਰਕਾਰਾਂ ਦੀ ਗੁਲਾਮ ਹੈ, ਮੈਨੇਜਮੈਂਟ ਦੀ ਗੁਲਾਮ ਹੈ, ਜਾਂ ਉਸ ਪ੍ਰਵਕਤਾ ਦੀ ਗੁਲਾਮ ਹੈ ਸੰਗਤ? ਕਿ ਜਿੱਥੇ ਤੁਸੀਂ ਕਹਿਤਾ ਸੰਗਤ ਉੱਥੇ ਉਹ ਕਰੂਗੀ? ਸੰਗਤ ਸਿਰਫ ਤੇ ਸਿਰਫ ਆਪਦੇ ਗੁਰੂ ਦੀ ਹੈ। ਅਣਖ ਵਾਲੀ ਜਿਹੜੀ ਸੰਗਤ ਹੋਊਗੀ ਉਹ ਸਿਰਫ ਤੇ ਸਿਰਫ ਆਪਦੇ ਗੁਰੂ ਦੀ ਹੈ। ਅਣਖੀ ਯੋਧੇ ਹੋਣਗੇ ਸਿਰਫ ਤੇ ਸਿਰਫ ਆਪਦੇ ਗੁਰੂ ਦੀ ਗੱਲ ਕਰਨਗੇ। ਅਣਖੀ ਯੋਧੇ ਹੋਣਗੇ ਜੋ ਆਪਣੇ ਗੁਰੂ ਦੀ ਆਣ ਬਾਣ ਤੇ ਸ਼ਾਨ ਦੀ ਬਹਾਲੀ ਦੀ ਗੱਲ ਕਰਨਗੇ। ਅਣਖੀ ਯੋਧੇ ਹੋਣਗੇ ਤਾਂ ਇਹਨਾਂ ਨੂੰ ਇਹ ਕਹਿਣਗੇ ਕਿ ਕਹੋ ਪ੍ਰਸ਼ਾਸਨ ਨੂੰ, ਇਹਦਾ ਮਤਲਬ ਮੈਨੇਜਮੈਂਟ ਦੀ ਪ੍ਰਸ਼ਾਸਨ ਨਾਲ ਇੱਕ ਗੱਲ ਹੈ ਕਿ ਜਿਵੇਂ ਪ੍ਰਸ਼ਾਸਨ ਮਤਲਬ ਉਵੇਂ ਕਰੂਗਾ ਜਿਵੇਂ ਮੈਨੇਜਮੈਂਟ ਕਹੂਗੀ। ਇਹ ਸਾਰੇ ਡਰਾਮੇ ਬਹੁਤ ਸਾਰੀ ਸੰਗਤ ਸਮਝ ਚੁੱਕੀ ਹੈ। ਇਹ ਜਿਹੜਾ ਤੁਸੀਂ ਇੱਥੇ ਤਾਂਤਰਿਕਾਂ ਤੋਂ ਲਿਆ ਲਿਆ ਕਿ ਇਹਨਾਂ ਨੂੰ ਸੰਗਤ ਨੂੰ ਪ੍ਰਸ਼ਾਦ ਖਵਾਇਆ ਨਾ, ਉਹ ਉਨੀ ਕੁ ਸੰਗਤ ਹੀ ਰਹਿ ਗਈ ਹੁਣ ਤੁਹਾਡੇ ਕੋਲੇ ਜਿਹੜੀ ਤੁਹਾਡੀ ਗੁਲਾਮ ਹੈ। ਤੁਸੀਂ ਉਹਨੂੰ ਗੁਲਾਮ ਕਹੋ, ਉਹਨੂੰ ਦਾਸੀ ਕਹੋ, ਉਹਨੂੰ ਕੁਛ ਮਰਜ਼ੀ ਕਹੋ, ਉਹ ਮੈਨੇਜਮੈਂਟ ਦੀ ਸੰਗਤ ਆ। ਤੁਸੀਂ ਆਪਦੀ ਸੰਗਤ ਅੱਜ ਨਿਰੋਲ ਦਿਸਣ ਲੱਗ ਗਈ ਲੋਕਾਂ ਨੂੰ ਕਿ ਸਤਿਗੁਰ ਦਾ ਕੌਣ ਹੈ ਤੇ ਇਹ ਜਿਹੜੀ ਮੈਨੇਜਮੈਂਟ ਹੈ ਜਿਹੜੇ ਇਹਨਾਂ ਨੇ ਤਾਂਤਰਿਕ ਤੋਂ ਲਿਆ ਲਿਆ ਕਿ ਕੈਮੀਕਲ ਵਾਲਾ ਪ੍ਰਸ਼ਾਦ ਖਵਾਇਆ ਤੇ ਉਹ ਹੁਣ ਕੌਣ ਹੈ? ਪਰਮਪਿਤਾ ਜੀ ਦੇ ਵਚਨ ਅੱਜ ਪੂਰੇ ਹੋ ਰਿਹਾ। ਪ੍ਰੇਮੀ ਪ੍ਰੇਮੀ ਹਰ ਕੋਈ ਕਹਿੰਦਾ, ਬਹੁਤੇ ਪ੍ਰੇਮੀ ਗੱਪੀ, ਪ੍ਰੇਮੀ ਟੱਪ ਸਮੁੰਦਰ ਜਾਂਦੇ ਤੇ ਇੱਥੋਂ ਆੜ ਨਾ ਜਾਂਦੀ ਟੱਪੀ। ਆੜ ਨਾ ਟੱਪੀ ਗਈ, ਉੱਥੇ ਗੁਰੂ ਗ੍ਰਾਮ ਚ ਜਾ ਕੇ ਦਰਸ਼ਨ ਨਾ ਹੋਏ। ਸਾਡੀ ਸਾਰੀ ਟੀਮ ਗਈ ਸੀ, ਸਾਰੀ ਟੀਮ ਸਾਡੀ ਵਾਰੀ ਵਾਰੀ ਦਾ ਉੱਥੇ ਜਾ ਕੇ ਆਈ ਹੈ ਗੁਰੂ ਗ੍ਰਾਮ ਦੇ ਵਿੱਚ। 16 ਜਾਣੇ ਸੀ, 4 ਗੱਡੀਆਂ 12 ਤਰੀਕ ਨੂੰ ਜਾ ਕੇ ਖੜੀਆਂ ਕਰਤੀਆਂ, ਬਿਲਕੁਲ ਨਾਮ ਚਰਚਾ ਘਰ ਦੇ ਸਾਹਮਣੇ। ਸਾਨੂੰ ਕੀ ਹੋ ਗਿਆ? ਅਸੀਂ ਸਾਇਦਾ ਕਰਕੇ ਆਏ ਹਾਂ ਉੱਥੇ ਗੁਰੂ ਗ੍ਰਾਮ ਨੂੰ, ਸਾਡਾ ਨਾਮ ਚਰਚਾ ਘਰ ਹੈ। ਤੁਸੀਂ ਜਦੋਂ ਗੁਰੂ ਬਿਰਾਜਮਾਨ ਸੀ ਤੁਸੀਂ ਕਹਿੰਦੇ ਆ ਨਾ, ਅਸੀਂ ਤਾਂ ਕਹਿੰਦੇ ਹਾਂ ਕਿ ਉਹ ਇੱਥੇ 21 ਦਿਨ ਰਹੇ ਹੀ ਨਹੀਂ, ਪਰ ਤੁਸੀਂ ਕਹਿੰਦੇ ਨਾ ਉੱਥੇ ਹੈ, ਤਾਂ ਫਿਰ 21 ਦਿਨ ਉੱਥੇ ਲਗਾਤਾਰ ਦੁਨੀਆਂ ਨੂੰ ਦਿਖਾਉਂਦੇ ਵੀ ਆਹ ਦੇਖੋ ਜਿਹੜੀ ਦੁਨੀਆਂ ਗੱਲਾਂ ਕਰਦੀ ਸੀ ਨਾ ਮੀਡੀਆ ਦੇ ਵਿੱਚ ਬੈਠ ਬੈਠ ਕੇ, ਪਿਤਾ ਜੀ ਬਾਰੇ, ਉਹਨਾਂ ਦੇ ਜੋ ਕਰੈਕਟਰ ਬਾਰੇ, ਉਹਨਾਂ ਨੂੰ ਲੈ ਕੇ ਇੰਨਾ ਨੀਚਾ ਜਿਹੜਾ ਦਿਖਾਇਆ ਗਿਆ, ਅੱਜ ਆਹ ਦੇਖੋ ਉਹੀ ਸੰਗਤ, ਉਹ ਤੋਂ ਕਈ ਗੁਣਾ ਵੱਧ ਕੇ, ਜਿੰਨੀ ਸੰਗਤ ਗੁਰੂ ਜੀ ਛੱਡ ਕੇ ਗਏ ਸੀ ਉਸ ਤੋਂ ਕਈ ਗੁਣਾ ਵੱਧ ਕੇ ਅੱਜ ਸੰਗਤ ਉਹਨਾਂ ਨੂੰ ਸਾਇਦਾ ਕਰਨ ਆਈ ਹੈ। ਗੁਰੂ ਗ੍ਰਾਮ ਦੇ ਨਾਮ ਚਰਚਾ ਘਰ ਤੇ ਉਦੋਂ ਸਾਇਦਾ ਕਰਵਾਉਣਾ ਸੀ ਜਦੋਂ ਉੱਥੇ ਸੀ, ਬੇਸ਼ੱਕ ਉਹ ਡਰਾਮਾ ਦੇ ਤੌਰ ਤੇ ਸੀ, ਤਾਂ ਜਿਵੇਂ ਵੀ ਸੀ ਇਹ ਵੀ ਸਾਨੂੰ ਸਾਰਾ ਪਤਾ ਉੱਥੇ ਕੀ ਡਰਾਮਾ ਖੇਡਿਆ ਗਿਆ, ਅਸੀਂ ਖੁਦ ਜਾ ਕੇ ਸਭ ਕੁਛ ਦੇਖਿਆ। ਉੱਥੇ ਕੋਈ ਲੱਗ ਹੀ ਨਹੀਂ ਰਿਹਾ ਸੀ ਕਿ ਇੱਥੇ ਗੁਰੂ ਪਿਤਾ ਜੀ ਅੰਦਰ ਹੈ, ਪਰ ਜਿਵੇਂ ਵੀ ਹੈ, ਪਰ ਹੁਣ ਕਮਾਲ ਹੈ, ਹੁਣ ਉੱਥੇ ਜਿੱਥੇ ਤਾਂ ਇੰਨੀ 47 ਤੋਂ ਜਿੱਥੇ ਬੈਠੇ ਰਹੇ ਉੱਥੇ ਨੀ ਜੀ ਕਰਦਾ ਦਰਸ਼ਨ ਕਰਨ ਦਾ ਸੰਗਤ ਦਾ, ਹੁਣ ਉੱਥੇ ਜੀ ਕਰਦਾ। ਤੇ ਜਿੱਥੇ ਸੁਨਾਰੀਆ ਚ ਬੈਠੇ ਹੈ ਪਿਛਲੇ 4.5 ਸਾਲ ਤੋਂ 5 ਸਾਲ ਤੋਂ, ਤੁਸੀਂ ਸੁਨਾਰੀਆ ਚ ਲਵਾ ਦੋ ਨਾ ਲਾਈਨਾ, ਪ੍ਰਸ਼ਾਸਨ ਤੋਂ ਲੈ ਲਓ ਆਗਿਆ ਕਿ ਸਾਡੀ ਸਾਧ ਸੰਗਤ, ਦੇਖੋ ਇਤਿਹਾਸ ਗਵਾਹ ਹੈ, 6ਵੇਂ ਪਾਤਸ਼ਾਹ ਜਦੋਂ ਕਿਲੇ ਦੇ ਅੰਦਰ ਬੰਦ ਸੀ, ਨਾਲੇ ਉਦੋਂ ਮੁਗਲਾਂ ਦਾ ਰਾਜ ਸੀ, ਫਿਰ ਵੀ ਸਾਇਦਾ ਕਰਨ ਦੀ ਉਹਨਾਂ ਨੂੰ ਆਗਿਆ ਸੀ ਗਵਾਲੀਅਰ ਦੀ ਕਿਲੇ ਦੇ ਅੱਗੇ, ਸੰਗਤ ਉੱਥੇ ਸਿੱਖ ਸੰਗਤ ਸਾਇਦਾ ਕਰਦੀ ਸੀ।
ਸਾਡੀ ਸਾਧ ਸੰਗਤ ਨੂੰ ਉਸ ਜੇਲ੍ਹ ਦੇ ਅੱਗੇ ਸਜਦਾ ਕਰਨ ਦੀ ਆਗਿਆ ਦਿੱਤੀ ਜਾਵੇ, ਜੇ ਹਿੰਮਤ ਹੈ ਨਾ ਪ੍ਰਵਕਤਾ ਚ ਤੇ ਮੈਨੇਜਮੈਂਟ ਨੂੰ ਇਹ ਕਵੇ ਕਿ ਇਹ ਸਾਡੀ ਸੰਗਤ ਦੀ ਅਰਜ਼ ਹੈ, ਇਹ ਗਟਰ ਸਾਫ਼ ਕਰਨ ਵਾਲੀ ਸਾਡੀ ਕੋਈ ਅਰਜ਼ ਨਹੀਂ, ਸਾਨੂੰ ਸਾਡੇ ਗੁਰੂ ਚਾਹੀਦੇ ਆ। ਸੰਗਤ ਇਹ ਭੁਲੇਖੇ ਕੱਢ ਦਿਓ ਕਿ ਸੰਗਤ ਮੈਨੇਜਮੈਂਟ ਦੀ ਹੈ ਜਾਂ ਸੰਗਤ ਕਿਸੇ ਬੰਦੇ ਦੀ ਹੈ, ਸੰਗਤ ਸਿਰਫ ਤੇ ਸਿਰਫ ਗੁਰੂ ਦੀ ਹੈ ਤੇ ਗੁਰੂ ਦੀ ਰਹੂਗੀ। ਆ ਜਿਹੜੀ ਤੁਸੀਂ ਫਰਲੋ ਦੀ ਆਹ ਝੂਠੀ ਐਪਲੀਕੇਸ਼ਨ ਵੀ ਦਿਖਾਈ ਨਾ ਲੋਕਾਂ ਨੂੰ, ਆਪਦਿਆਂ ਨੇ ਤੇ ਆਪਦਿਆਂ ਨੇ ਸੱਚਾ ਕਰਨ ਵਾਸਤੇ ਸਾਰਾ ਕੁਛ, ਕਿਉਂਕਿ ਪਿਆਰੀ ਸਾਧ ਸੰਗਤ ਜੀ ਝੂਠ ਦੇ ਕਦੇ ਪੈਰ ਨਹੀਂ ਹੁੰਦੇ, ਇੱਕ ਝੂਠ ਨੂੰ ਛਪਾਉਣ ਵਾਸਤੇ ਹਜ਼ਾਰ ਝੂਠ ਬੋਲਣੇ ਪੈਂਦੇ ਆ। ਇਹਨਾਂ ਨੇ ਜਦੋਂ ਇਹ ਝੂਠਾ ਡਰਾਮਾ ਬਣਾਇਆ, ਨਾਲ ਹੀ ਇੱਕ ਫਰਲੋ ਦੀ ਚਿੱਠੀ ਕੱਢਤੀ ਕਿ ਆਹ ਪਿਤਾ ਇਹਨੇ ਐਪਲੀਕੇਸ਼ਨ ਲਿਖੀ ਸੀ, ਉਹਦੇ ਵਿੱਚ ਜਿੱਥੇ ਪਹਿਲੇ ਨਾਮ ਲਿਖਿਆ ਗੁਰਮੀਤ ਰਾਮ ਰਹੀਮ, ਉੱਥੇ ਰਹੀਮ ਦੇ ਸਪੈਲਿੰਗ ਹੀ ਗਲਤ ਹੈ, ਹਾਂ ਛੋਟੀ ਕੀ ਮਾਤਰਾ, ਮਤਲਬ ਹਾਹੇ ਨੂੰ ਸਿਹਾਰੀ ਪਾਈ ਹੋਈ ਹੈ, ਥੱਲੇ ਗੁਰਮੀਤ ਰਾਮ ਰਹੀਮ ਸਹੀ ਪਾਇਆ ਹੋਇਆ। ਇੱਕ ਅਨਪੜ੍ਹ ਬੰਦਾ, ਮੈਂ ਖੁਦ ਟੀਚਰ ਹਾਂ, ਇੱਕ ਅਨਪੜ੍ਹ ਬੰਦੇ ਨੂੰ ਜੇ ਕੋਈ ਸਾਈਨ ਕਰਨਾ ਸਿਖਾ ਦੇ ਨਾ, ਵੀ ਉਹਦਾ ਨਾਮ ਲਿਖਣਾ ਸਿਖਾ ਦੇ, ਉਹ ਵੀ ਜ਼ਿੰਦਗੀ ਵਿੱਚ ਦੁਬਾਰਾ ਗਲਤੀ ਨਹੀਂ ਕਰਦਾ ਆਪਦੇ ਨਾਮ ਦੀ। ਇੱਕ ਪਹਿਲੀ ਦਾ ਬੱਚਾ ਜਦੋਂ ਉਹਨੂੰ ਨਾਮ ਲਿਖਣਾ ਸਿਖਾ ਦਿੱਤਾ ਜਾਂਦਾ, ਉਸ ਤੋਂ ਬਾਅਦ ਉਹ ਨਾਮ ਲਿਖਣ ਦੀ ਸਾਰੀ ਉਮਰ ਗਲਤੀ ਨਹੀਂ ਕਰਦਾ, ਹੋਰ ਕੁਛ ਉਹ ਪੜ੍ਹੇ ਜਾਂ ਨਾ ਪੜ੍ਹੇ। ਫਿਰ ਤੁਸੀਂ ਇਹ ਦਿਖਾਤਾ ਵੀ ਸਾਡੇ ਸਤਿਗੁਰ ਤਾਂ ਪਹਿਲੀ ਦੇ ਬੱਚੇ ਨਾਲੋਂ ਵੀ ਨਿਕੰਮੇ ਹੈ, ਤੁਸੀਂ ਗੁਰੂ ਨੂੰ ਇੰਨਾ ਛੋਟਾ ਕਰਕੇ ਪੇਸ਼ ਕਰ ਰਹੇ ਹਾਂ ਦੁਨੀਆਂ ਚ। ਆ ਜਿਹੜੇ ਤੂਰ ਵਰਗੇ ਕਹਿੰਦੇ ਤੁਹਾਡਾ ਗੁਰੂ ਤਾਂ ਨੌਵੀਂ ਫੇਲ, ਤੁਸੀਂ ਤਾਂ ਉਦੋਂ ਵੀ ਨੀਚੇ ਕਰ ਰਹੇ ਹਾਂ ਆਪਣੇ ਗੁਰੂ ਨੂੰ ਇਹੋ ਜਿਹਾ ਕੁਛ ਕਰਕੇ, ਇਹ ਵਾਇਰਲ ਕੌਣ ਕਰ ਰਿਹਾ? ਫਿਰ ਉਸ ਤੋਂ ਬਾਅਦ ਨੀਚੇ ਲਿਖਤਾ ਵੀ ਅਸੀਂ ਗੁਰੂ ਸਰ ਮੋੜੀਆ ਦੇ ਨਿਵਾਸੀ ਹਾਂ, ਜਦੋਂ ਕਿ ਸਾਰੀ ਦੁਨੀਆਂ ਨੂੰ ਪਤਾ ਪਿਤਾ ਜੀ ਨੇ 90 ਦੇ ਵਿੱਚ ਹੀ ਜਿਹੜਾ ਹੈਗਾ ਗੁਰਸਰ ਮੋੜੀਆ ਨੂੰ ਛੱਡਿਆ ਹੋਇਆ। 30 ਸਾਲ ਹੋ ਗਏ ਜਿਸ ਜਗ੍ਹਾ ਨੂੰ ਛੱਡੇ ਹੋਏ, ਅੱਜ ਉੱਥੋਂ ਦੇ ਨਿਵਾਸੀ ਕਿਵੇਂ ਹੋ ਗਏ? ਉਹਨਾਂ ਦੀ ਵੋਟ ਤਾਂ ਸਰਸੇ ਵਿੱਚ ਬਣੀ ਹੋਈ ਹੈ, ਸਰਸੇ ਦੇ ਵਿੱਚ ਹੀ ਵੋਟ ਪੋਲ ਕਰ ਕੀਤੀ ਹੈ ਉਹਨਾਂ ਨੇ 14 ਦੇ ਵਿੱਚ, ਤੇ ਫਿਰ ਉੱਥੋਂ ਦੇ ਨਿਵਾਸੀ ਕਿਵੇਂ ਹੋਏ? ਇੱਥੇ ਤੁਸੀਂ ਸਾਬਤ ਕਰਤਾ ਵੀ ਗੁਰੂ ਪਿਤਾ ਜੀ ਝੂਠ ਵੀ ਬੋਲ ਲੈਂਦੇ ਆ। ਤੀਜਾ ਤੁਸੀਂ ਝੂਠ ਹੋਰ ਮਰਵਾਇਆ ਉਸ ਫਰਲੋ ਦੇ ਵਿੱਚ ਵੀ ਹਾਂ ਸਾਡਾ ਜਿਹੜਾ ਪਰਿਵਾਰ ਆ ਗੁਰੂ ਗ੍ਰਾਮ ਦੇ ਵਿੱਚ ਰਹਿ ਰਿਹਾ, ਜਦੋਂ ਕਿ ਸਾਰੀ ਦੁਨੀਆਂ ਨੂੰ ਪਤਾ ਪਰਿਵਾਰ ਸਸਤੇ ਦੇ ਵਿੱਚ ਰਹਿੰਦਾ, ਜਦੋਂ ਮੀਡੀਆ ਦੇ ਵਿੱਚ ਖਬਰਾਂ ਆਈਆਂ ਪਰਿਵਾਰ ਤਾਂ ਉਹਦੇ ਸਸਤੇ ਤੋਂ ਚੱਲਿਆ। ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਆ ਵੀ ਗੁਰੂ ਪਿਤਾ ਜੀ ਝੂਠ ਵੀ ਬੋਲ ਲੈਂਦੇ ਆ? ਤੁਸੀਂ ਗੁਰੂ ਪਿਤਾ ਜੀ ਨੂੰ ਜਿਹੜਾ ਇੰਨਾ ਮਜ਼ਾਕ ਬਣਾਇਆ ਹੋਇਆ ਨਾ ਇਹਨਾਂ ਸਾਰਿਆਂ ਨੇ ਮਿਲ ਕੇ, ਸਰਕਾਰਾਂ ਨੇ ਤੇ ਗਦਾਰਾਂ ਨੇ, ਇਹ ਬਹੁਤ ਮਹਿੰਗਾ ਪਊ। ਗੁਰੂ ਪਿਤਾ ਜੀ ਦੇ ਵਚਨ ਹੈ ਜਿਹੜਾ ਸਤਿਗੁਰ ਦਾ ਔਰ ਸਾਧ ਸੰਗਤ ਦਾ ਮਜ਼ਾਕ ਬਣਾਉਂਦਾ, ਇੱਕ ਦਿਨ ਖੁਦ ਮਜ਼ਾਕ ਬਣਦਾ। ਮੌਤ ਆਊਗੀ, ਮੌਤ ਤੁਸੀਂ ਮੰਗੋਗੇ ਪਰ ਮੌਤ ਆਊਗੀ ਨੀ, ਇਹ ਗੁਰੂ ਪਿਤਾ ਜੀ ਦੇ ਵਚਨ ਹੈ। ਹੱਸਣਾ ਤਾਂ ਕੀ, ਤੁਹਾਡੇ ਤੋਂ ਰੋਇਆ ਵੀ ਨਹੀਂ ਜਾਣਾ, ਇਹ ਗੁਰੂ ਪਿਤਾ ਜੀ ਦੇ ਵਚਨ ਹੈ। ਯਾਦ ਕਰ ਲਓ ਸੰਤਾਂ ਦੇ ਵਚਨਾਂ ਨੂੰ, ਭੁੱਲ ਜਾਓ ਇਹ ਚਤਰ ਹੁਸ਼ਿਆਰੀਆਂ ਚਲਾਕੀਆਂ ਜਿਹੜੀਆਂ ਅੱਜ ਵੀ ਤੁਸੀਂ ਸੰਗਤ ਨਾਲ ਕਰ ਰਹੇ ਹੈ। ਸਾਰੀ ਸੰਗਤ ਤੁਹਾਡੀ ਗੁਲਾਮ ਨਹੀਂ ਹੈ, ਸਾਰੀ ਸੰਗਤ ਤੁਹਾਡੀ ਦਾਸੀ ਨਹੀਂ ਹੈ। ਗੁਰੂ ਦੇ ਅਣਖੀ ਯੋਧੇ ਆਪਦੀ ਅਣਖ ਲੈ ਕੇ ਜੋ ਗੁਰੂ ਨਾਲ ਪ੍ਰੇਮ ਕਰਦੇ ਅੱਜ ਵੀ ਜਿੰਦਾ ਹੈ ਇਸ ਸੰਸਾਰ ਤੇ, ਤੇ ਜਦ ਤੱਕ ਇਹ ਅਣਖੀ ਯੋਧੇ ਰਹਿਣਗੇ ਨਾ, ਕਿਸੇ ਦੀ ਪਾਵਰ ਨਹੀਂ ਹੈ ਕਿ ਸਾਡੇ ਗੁਰੂ ਪਿਤਾ ਜੀ ਨੂੰ ਕੋਈ ਇੰਨਾ ਨੀਚਾ ਦਿਖਾ ਦੇ। ਅਸੀਂ ਦੁਨੀਆਂ ਨੂੰ ਦੱਸਾਂਗੇ ਕਿ ਝੂਠੀ ਫਰਲੋ ਦੀ ਚਿੱਠੀ ਸੀ, ਝੂਠੀ ਹੀ ਫਰਲੋ ਸੀ, ਉਹ ਝੂਠ ਦਾ ਪਲੰਦਾ ਸੀ ਜਿਹੜੀ ਵਾਇਰਲ ਕੀਤੀ ਗਈ। ਅਸੀਂ ਸਾਰੀ ਦੁਨੀਆਂ ਨੂੰ ਦੱਸ ਰਹੇ ਹਾਂ ਇਹ ਗੱਲ ਕਿ ਸਾਡੇ ਗੁਰੂ ਪਿਤਾ ਜੀ ਦੀ ਇਹ ਵਰਡਿੰਗ ਹੀ ਨਹੀਂ ਹੈ। ਜਿਹੜਾ ਗੁਰੂ ਤਿੰਨ ਤਿੰਨ ਭਾਸ਼ਾ ਦੇ ਵਿੱਚ ਸ਼ਬਦ ਲਿਖ ਲੈਂਦਾ ਹੋਵੇ ਤੇ ਗਾ ਲੈਂਦਾ ਹੋਵੇ, ਉਹਨੂੰ ਆਪਦੇ ਨਾਮ ਨਹੀਂ ਉਹਨੂੰ ਪਾਉਣਾ ਆਉਂਦਾ, ਆਪਦੇ ਨਾਮ ਦੀ ਗਲਤੀ ਕਰ ਰਿਹਾ। ਚੱਲ ਮੰਨ ਲਿਆ ਉਹਨਾਂ ਤੋਂ ਇੱਕ ਵਾਰੀ ਗਲਤੀ ਹੋ ਗਈ ਤੇ ਪੇਜ ਹੀ ਸੀ ਨਾ, ਉਹਨੂੰ ਪਾੜ ਕੇ ਉਹ ਦੁਬਾਰਾ ਲਿਖ ਲੈਂਦੇ। ਤੁਸੀਂ ਸ਼ੋ ਕੀ ਕਰਨਾ, ਦਿਖਾਉਣਾ ਕੀ ਚਾਹੁੰਦੇ ਆ ਦੁਨੀਆਂ ਨੂੰ? ਜਿਹੜਾ ਤੁਸੀਂ ਮਨ ਦੇ ਵਿੱਚ ਸੋਚ ਲਿਆ ਨਾ, ਉਹ ਤੁਹਾਡੇ ਜਿਹੜੇ ਇਰਾਦੇ ਆ ਕਦੇ ਕਾਮਯਾਬ ਨਹੀਂ ਹੋਣਗੇ। ਸੱਚ ਹੈ ਜਿਹੜਾ, ਸੱਚ ਇੱਕ ਹੀਰੇ ਦੀ ਤਰ੍ਹਾਂ ਹੁੰਦਾ, ਹੀਰੇ ਨੂੰ ਚਾਹੇ ਧਰਤੀ ਦੇ ਅੰਦਰ ਮਤਲਬ ਕਿ ਗਹਿਰਾ ਕਹਿੰਦੇ ਡੂੰਘਾ ਖੱਡਾ ਬਣਾ ਕੇ ਦੱਬ ਦਿਓ, ਜਦੋਂ ਉਹਨੂੰ ਕੱਢੋਗੇ ਹੀਰੇ ਦੀ ਚਮਕ ਉਵੇਂ ਹੀ ਰਹੂਗੀ। ਜਿੰਨਾ ਮਰਜ਼ੀ ਤੁਸੀਂ ਅੱਜ ਗੁਰੂ ਪਿਤਾ ਜੀ ਤੇ ਇਹ ਸਾਰਾ ਕੁਛ ਦਿਖਾਈ ਜਾਓ ਲੋਕਾਂ ਨੂੰ ਝੂਠ, ਪਰ ਜਿਸ ਦਿਨ ਉਹ ਆਉਣਗੇ ਨਾ ਬਾਹਰ, ਉਹਨਾਂ ਦੀ ਚਮਕ ਪੂਰੀ ਦੁਨੀਆਂ ਦੇਖੂਗੀ। ਹੀਰੇ ਦੀ ਚਮਕ ਕਦੇ ਨਹੀਂ ਘਟਦੀ। ਤੇ ਜਿਹੜੀ ਇਹ ਝੂਠ ਹੁੰਦਾ ਨਾ, ਝੂਠ ਇਹ ਜਿਵੇਂ ਹਵਾ ਦੇ ਵਿੱਚ ਅੰਧੇਰੀ ਹੁੰਦੀ ਜਾਂ ਬਹੁਤ ਵੱਡਾ ਇੱਕ ਪੰਜਾਬੀ ਚ ਕਹਿੰਦੇ ਬੁੱਲਾ ਆਉਂਦਾ, ਕੋਈ ਅਚਾਨਕ ਬੁੱਲਾ ਆਉਂਦਾ ਤਾਂ ਚੜ ਜਾਂਦਾ, ਧੂੜ ਤੇ ਮਿੱਟੀ ਹੁੰਦਾ ਝੂਠ, ਇੱਕਦਮ ਹਵਾ ਦਾ ਬਰੋਲਾ ਆਉਂਦਾ ਕੋਈ ਤਾਂ ਚੜ ਜਾਂਦਾ, ਪਰ ਇੱਕ ਮਿੰਟ ਦੇ ਵਿੱਚ ਹੀ ਥੱਲੇ ਡਿੱਗ ਕੇ ਧਰਤੀ ਦੇ ਨਾਲ ਹੀ ਮਿਲ ਜਾਂਦਾ, ਉਹਦੀ ਕੋਈ ਹੋਂਦ ਨਹੀਂ ਹੁੰਦੀ, ਤੇ ਤੁਹਾਡਾ ਹਾਲ ਇਹੀ ਹੋਣਾ। ਇਸੇ ਕਰਕੇ ਸਾਵਧਾਨ ਹੋ ਜਾਓ, ਨਾ ਤਾਂ ਸੰਗਤ ਨੂੰ ਤੁਸੀਂ ਬੁੱਧੂ ਬਣਾਓ, ਨਾ ਦੁਨੀਆਂ ਨੂੰ ਬਣਾਓ। ਗੁਰੂ ਪਿਤਾ ਜੀ ਦੀ ਆਣ ਬਾਣ ਤੇ ਸ਼ਾਨ ਦਾ ਜੇਕਰ
ਤੁਹਾਨੂੰ ਕੋਈ ਫਿਕਰ ਨਹੀਂ ਹੈ ਤਾਂ ਨਾ ਕਰੋ, ਪਰ ਕਮ ਸੇ ਕਮ ਉਹਨਾਂ ਦੀ ਜਿਹੜੀ ਆਣ ਬਾਣ ਤੇ ਸ਼ਾਨ ਆ ਨਾ, ਉਹਨਾਂ ਨੂੰ ਇੰਨਾ ਦਾਗੀ ਹੋਰ ਨਾ ਕਰੋ। ਤੁਸੀਂ ਹਰ ਹਰ ਜਿਹੜੀ ਬੁਰਾਈ ਦੀ ਜਿਹੜੀ ਹੈਗੀ ਹੈ ਹੱਦ ਆ ਉਹਨੂੰ ਪਾਰ ਕਰ ਰਹੇ ਹੋ, ਨੀਚਤਾ ਦੀ ਹਰ ਹੱਦ ਨੂੰ ਪਾਰ ਕਰ ਰਹੇ ਹੋ, ਪਰ ਜਿਹੜੇ ਗੁਰੂ ਦੇ ਅਣਖੀ ਯੋਧੇ ਆ ਇਹਨਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਸਾਡਾ ਕਿਸੇ ਨਾਲ ਬਾਰ ਬਾਰ ਕਹਿੰਦੇ ਆ, ਸਾਡੀ ਟੀਮ ਦਾ ਕਿਸੇ ਨਾਲ ਵੀ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ, ਪਰ ਜੇ ਸਾਡੇ ਗੁਰੂ ਪਿਤਾ ਜੀ ਨੂੰ ਕੋਈ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੂ, ਗੁਰੂ ਦੀ ਸਾਧ ਸੰਗਤ ਨੂੰ ਜੇ ਕੋਈ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕਰੂਗਾ, ਤਾਂ ਫਿਰ ਅਸੀਂ ਉਹਦੇ ਖਿਲਾਫ ਬੋਲਾਂਗੇ, ਚਾਹੇ ਉਹ ਕੋਈ ਵੀ ਹੋਵੇ। ਇਹ ਅਸੀਂ ਮਤਲਬ ਪਹਿਲਾਂ ਵੀ ਕਰਦੇ ਆਏ ਆ ਤੇ ਹੁਣ ਵੀ ਕਰਾਂਗੇ। ਅਸੀਂ ਆਪਦੀ ਗੁਰੂ ਪਿਤਾ ਜੀ ਜਿਹੜੀ ਸਾਧ ਸੰਗਤ ਹੈ, ਸਾਡਾ ਪੂਰਾ ਇਹ ਜਿਹੜਾ ਹੈ ਕੋਸ਼ਿਸ਼ ਹੈ ਸਾਰੀ ਟੀਮ ਦੀ ਕਿ ਗੁਰੂ ਪਿਤਾ ਜੀ ਦੀ ਸਾਧ ਸੰਗਤ ਸਿਰਫ ਤੇ ਸਿਰਫ ਗੁਰੂ ਪਿਤਾ ਜੀ ਦੀ ਰਹੇ, ਉਹ ਆਪਣੇ ਗੁਰੂ ਦੀ ਆਣ ਬਾਣ ਤੇ ਸ਼ਾਨ ਦੇ ਲਈ ਦਿਨ ਰਾਤ ਕੰਮ ਕਰੇ। ਜੀਣਾ ਹੈ ਤਾਂ ਗੁਰੂ ਲਈ ਜੀਣਾ, ਮਰਨਾ ਤਾਂ ਗੁਰੂ ਲਈ ਮਰਨਾ, ਇਹ ਸਾਡੇ ਦਿਲੋ ਦਿਮਾਗ ਦੇ ਵਿੱਚ ਹੋਣਾ ਚਾਹੀਦਾ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ।